ਭੈਣ ਦੇ ਵਿਆਹ ਤੋਂ ਅਗਲੇ ਦਿਨ ਹੀ ਭਰਾ ਦੀ ਹੋਈ ਮੌਤ। ਵਿਆਹ ਦੇ ਹਵਨ ਦੀ ਸਮੱਗਰੀ ਗਿਆ ਸੀ ਵਹਾਉਣ, ਪੈਰ ਫਿਸਲਣ ਕਾਰਨ ਡਿੱਗਿਆ ਨਹਿਰ 'ਚ। ਡੁੱਬ ਕੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ। ਤਾਂ ਦੱਸ ਦਈਏ ਕਿ ਭੈਣ ਦੇ ਵਿਆਹ ਦੀ ਸਮੱਗਰੀ ਨਹਿਰ 'ਚ ਸੁੱਟਣ ਗਏ ਨੌਜਵਾਨ ਦੀ ਡੁੱਬ ਕੇ ਮੌਤ ਹੋ ਗਈ ਹੈ। ਤਾਂ ਬੜਾ ਹੀ ਦਰਦਨਾਕ ਹਾਦਸਾ ਹੋਇਆ ਜਿੱਥੇ 16 ਸਾਲ ਦਾ ਇਹ ਨੌਜਵਾਨ, ਜਿਸਦੀ ਭੈਣ ਦਾ ਕਿ ਇੱਕ ਦਿਨ ਪਹਿਲਾਂ ਵਿਆਹ ਹੋਇਆ ਸੀ ਅਤੇ ਵਿਆਹ ਦੇ ਹਵਨ ਦੀ ਜਿਹੜੀ ਸਮੱਗਰੀ ਸੀ ਉਹ ਆਪਣੀ ਭੈਣ ਦੇ ਨਾਲ ਸੁੱਟਣ ਦੇ ਲਈ ਇਹ ਨਹਿਰ ਕਿਨਾਰੇ ਗਿਆ ਸੀ, ਤਾਂ ਉਸ ਨੂੰ ਸੁੱਟਦੇ ਸਮੇਂ ਇਸਦਾ ਪੈਰ ਫਿਸਲ ਜਾਂਦਾ ਹੈ ਅਤੇ ਇਸਦੀ ਮੌਤ ਹੋ ਜਾਂਦੀ ਹੈ। ਤਾਂ ਤਿੰਨ ਭੈਣਾਂ ਦਾ ਇਹ ਇਕਲੌਤਾ ਭਰਾ ਸੀ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਅਤੇ ਖੁਸ਼ੀਆਂ ਇੱਕਦਮ ਗਮ ਦੇ ਵਿੱਚ ਤਬਦੀਲ ਹੋ ਜਾਂਦੀਆਂ ਨੇ। ਮਿਲੀ ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਨਾਮ ਕਰਨ ਹੈ ਜੋ ਕਿ 11ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਅਤੇ ਉਸਦੀ ਭੈਣ ਦਾ ਇੱਕ ਦਿਨ ਪਹਿਲਾਂ ਵਿਆਹ ਹੋਇਆ ਸੀ। ਤਾਂ ਵਿਆਹ ਦੇ ਦੌਰਾਨ ਹਵਨ ਦੇ ਵਿੱਚ ਵਰਤੀ ਹੋਈ ਸਮੱਗਰੀ ਲੈ ਕੇ ਇਹ ਆਪਣੀ ਭੈਣ ਦੇ ਨਾਲ ਨਹਿਰ ਦੇ ਵਿੱਚ ਵਹਾਉਣ ਗਿਆ ਸੀ। ਤਾਂ ਪਹਿਲਾਂ ਇਸਦੇ ਵੱਲੋਂ ਸਮੱਗਰੀ ਸੀ ਸਾਰੀ ਉਹ ਵਹਾ ਦਿੱਤੀ ਜਾਂਦੀ ਹੈ, ਤਾਂ ਫਿਰ ਆਪਣੇ ਹੱਥ ਸਾਫ਼ ਕਰਨ ਦੇ ਲਈ ਇਹ ਪਾਣੀ ਦੇ ਵਿੱਚ ਹੱਥ ਡੁਬਾਉਂਦਾ ਹੈ ਅਤੇ ਫਿਰ ਇਸਦਾ ਪੈਰ ਫਿਸਲ ਗਿਆ ਅਤੇ ਇਹ ਪਾਣੀ ਦੇ ਵਿੱਚ ਡਿੱਗ ਜਾਂਦਾ ਹੈ ਅਤੇ ਆਪਣੇ ਭਰਾ ਨੂੰ ਡੁੱਬਦਾ ਵੇਖ ਕੇ ਉਸਦੀ ਭੈਣ ਵੀ ਪਾਣੀ ਦੇ ਵਿੱਚ ਛਾਲ ਮਾਰ ਦਿੰਦੀ ਹੈ, ਪਰ ਉਹ ਆਪਣੇ ਭਰਾ ਨੂੰ ਬਚਾਉਣ ਦੇ ਵਿੱਚ ਅਸਫਲ ਹੁੰਦੀ ਹੈ। ਤਾਂ ਥੋੜ੍ਹੀ ਦੇਰ ਬਾਅਦ ਉਸਦੀ ਭੈਣ ਵੀ ਪਾਣੀ ਦੇ ਵਿੱਚ ਡੁੱਬਣ ਲੱਗਦੀ ਹੈ। ਤਾਂ ਨਹਿਰ ਕਿਨਾਰੇ ਬੈਠੇ ਲੋਕਾਂ ਨੇ ਉਸਨੂੰ ਦੇਖਿਆ ਤਾਂ ਤੁਰੰਤ ਪਾਣੀ ਦੇ ਵਿੱਚ ਛਾਲ ਲਗਾ ਕੇ ਉਸ ਕੁੜੀ ਨੂੰ ਬਚਾਇਆ ਗਿਆ, ਪਰ ਇਸਦੇ ਭਰਾ ਨੂੰ ਨਹੀਂ ਬਚਾਇਆ ਗਿਆ। ਉਹ ਪਾਣੀ ਦੇ ਨਾਲ ਵਹਿ ਜਾਂਦਾ ਹੈ ਅਤੇ ਕਈ ਘੰਟਿਆਂ ਬਾਅਦ ਉਸਦੀ ਲਾਸ਼ ਮਿਲਦੀ ਹੈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਪਾਣੀਪਤ ਹੈ, ਜਿੱਥੇ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ, ਜਿੱਥੇ ਇਸਦੀ ਭੈਣ ਦਾ ਵਿਆਹ ਸੀ। ਤਾਂ ਵਿਆਹ ਤੋਂ ਬਾਅਦ ਤੇ ਆਪਣੀ ਵੱਡੀ ਭੈਣ ਦੇ ਨਾਲ ਹਵਨ ਦੀ ਸਮੱਗਰੀ ਵਹਾਉਣ ਦੇ ਲਈ ਨਦੀ ਕਿਨਾਰੇ ਗਿਆ ਸੀ ਤੇ ਪੈਰ ਫਿਸਲਣ ਕਰਕੇ ਇਹ ਨਦੀ ਦੇ ਵਿੱਚ ਵਹਿ ਗਿਆ ਤੇ ਇਸਦੀ ਮੌਤ ਹੋ ਗਈ। ਕਰਨ ਸਿੰਘ ਲੜਕੇ ਦਾ ਨਾਮ ਦਾ, ਸਨ ਆਫ ਰਾਜਕੁਮਾਰ, ਉਮਰ 16 ਸਾਲ, 11ਵੀਂ ਕਲਾਸ ਨੂੰ ਪੜ੍ਹਦਾ। ਇੱਕ ਦਿਨ ਪਹਿਲਾਂ ਭੈਣ ਕੀ ਸ਼ਾਦੀ ਹੋਈ ਸੀ, ਇਸਕੀ ਤੋ ਹਵਨ ਕੀ ਸਮੱਗਰੀ ਬਣੇ ਗਏ ਤੇ ਨਹਿਰ ਮੈਂ ਤੋ ਜੈਸੇ ਬਹਾ ਕੇ ਚਲੇ ਫਿਰ ਹੀ ਹੱਥ ਧੋਣੇ ਚੱਲਿਆ ਗਿਆ, ਤੋ ਭੈਣ ਵੀ ਸਾਥ ਮੈਂ ਥੀ ਇਸਕੀ, ਤੋ ਪੈਰ ਸਲਿਪ ਹੋ ਗਿਆ, ਮਤਲਬ ਇਹ ਨਹਿਰ ਮੈਂ ਬਹਿ ਗਿਆ, ਤੋ ਲੜਕੀ ਵੀ ਸਾਥ ਮੈਂ ਕੂਦ ਗਈ, ਉਹ ਤੋਂ ਬਚਾ ਲਈ ਵਿਕਾਸ ਨਗਰ ਕੇ ਲੜਕਿਓ ਨੇ ਤੈਰਾਕੋ ਨੇ। ਤੋ ਇਹ 6 ਵਜੇ ਡੁੱਬਿਆ ਤਾ, 8 ਵਜੇ ਗੋਤਾਖੋਰੋਂ ਨਿਕਾਲਿਆ ਗਿਆ। ਹਾਂ, ਇੱਕ ਦਿਨ ਪਹਿਲੇ ਭੈਣ ਦੀ ਸ਼ਾਦੀ ਹੋਈ ਜੀ।